ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਦੀਨਾਨਗਰ ਹਲਕੇ 'ਚ ਅਵਾਰਾ ਪਸ਼ੂਆਂ ਦਾ ਆਤੰਕ, ਕਣਕ ਦੀ ਫਸਲ ਨੂੰ ਕਰ ਰਹੇ ਹਨ ਨਾਸ਼। ਦੀਨਾਨਗਰ ਹਲਕੇ 'ਚ ਪਿਛਲੇ ਕੁਝ ਸਮੇਂ ਤੋਂ ਅਵਾਰਾ ਪਸ਼ੂ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਰਹੇ ਹਨ। ਇਹਨਾਂ ਪਸ਼ੂਆਂ ਨੂੰ ਲੋਕ ਦੀਨਾਨਗਰ ਦੇ ਬਾਈਪਾਸ ਤੇ ਉਤਾਰ ਜਾਂਦੇ ਹਨ, ਜਿਸ ਕਰਕੇ ਇਹ ਪਸ਼ੂ ਕਿਸਾਨਾਂ ਦੀਆਂ ਫਸਲਾਂ 'ਚ ਵੜ ਜਾਂਦੇ ਹਨ ਅਤੇ ਰਾਤ ਦਿਨ ਫਸਲ ਨੂੰ ਨਸ਼ਟ ਕਰ ਦਿੰਦੇ ਹਨ। ਕਿਸਾਨਾਂ ਦੀ ਰਾਤ ਦਿਨ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਫਸਲ ਨੂੰ ਇਹ ਅਵਾਰਾ ਪਸ਼ੂ ਬਰਬਾਦ ਕਰ ਰਹੇ ਹਨ। ਕਈ ਵਾਰ ਇਹ ਪਸ਼ੂ ਹਾਈਵੇ ਤੇ ਆ ਜਾਂਦੇ ਹਨ ਅਤੇ ਆਉਣ ਜਾਣ ਵਾਲੇ ਲੋਕਾਂ ਲਈ ਮੁਸੀਬਤ ਦਾ ਕਾਰਨ ਬਣਦੇ ਹਨ। ਪਰ ਜੇਕਰ ਗੱਲ ਕਰੀਏ ਪ੍ਰਸ਼ਾਸਨ ਦੀ ਤਾਂ ਪ੍ਰਸ਼ਾਸਨ ਇਹ ਸਭ ਕੁਝ ਦੇਖਦੇ ਹੋਏ ਵੀ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਅਤੇ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਹਾਂਜੀ, ਕੀ ਗੱਲਬਾਤ ਹੋਈ ਹੈ? ਇਹ ਲੋਕੀ ਦੁੱਧ ਪੀ ਕੇ ਅਵਾਰਾ ਡੰਗਰ ਛੱਡ ਦਿੰਦੇ ਆ। ਉਹਨੂੰ ਪ੍ਰਸ਼ਾਸਨ ਅੱਗੇ ਮੰਗ ਆ ਕਿ ਇਹਨਾਂ ਨੂੰ ਕਿਤੇ ਗਊਸ਼ਾਲਾ 'ਚ ਰੱਖਿਆ ਜਾਏ, ਸਾਡੀਆਂ ਫਸਲਾਂ ਬਰਬਾਦ ਕਰਦੇ ਆ। ਕਿੰਨੇ ਕੁ ਜਾਨਵਰ ਫਿਰਦੇ ਇੱਥੇ ਅਵਾਰਾ? ਇੱਥੇ 15-20 ਫਿਰਦੇ ਆ। ਤੇ ਤੁਸੀਂ ਕੀ ਕਰਦੇ ਫਿਰ ਉਹਨਾਂ ਨੂੰ? ਅਸੀਂ ਬਾਹਰ ਕੱਢ ਕੇ ਕਿਤੇ ਜੰਗਲਾਂ 'ਚ ਵਾੜ ਦਿੰਦੇ ਆ ਤੇ ਫਿਰ ਦੁਬਾਰਾ ਆਉਂਦੇ ਆ। ਹਾਂਜੀ, ਨਿਊਜ਼ ਡੈਸਕ ਤੋਂ ਡਾਕਟਰ ਮੇਸ ਰੰਗਲ ਦੀ ਖਾਸ ਰਿਪੋਰਟ।